ਹਾਂਜੀ ਸਟਾਰਟ ਰੂੰਗਾ ਸ਼ਬਦ ਬੜਾ ਹੀ ਪਿਆਰਾ ਸ਼ਬਦ ਹੈ ਡੰਡੀ ਦਹਾਕਿਆਂ ਤੋਂ ਇਹ ਹਰ ਉਮਰ ਦੇ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਰਿਹਾ ਹੈ ਡੰਡੀ ਜਦ ਅਸੀਂ ਛੋਟੇ ਛੋਟੇ ਹੁੰਦੇ ਸੀ ਤਾਂ ਹੱਟੀ ਤੋਂ ਸਮਾਨ ਲੈਣ ਜਾਣਾ ਤਾਂ ਰੂੰਗਾ ਜ਼ਰੂਰ ਮੰਗਣਾ ਡੰਡੀ ਰੂੰਗਾ ਹਰ ਉਮਰ ਦੇ ਲੋਕਾਂ ਦੀ ਪਹਿਲੀ ਪਸੰਦ ਸੀ ਡੰਡੀ ਕੀ ਬੱਚੇ ਕੀ ਜਵਾਨ ਕੀ ਬੁੱਢੇ ਕੀ ਮਰਦ ਅਤੇ ਕੀ ਔਰਤਾਂ ਕੋਈ ਵੀ ਇਸ ਸ਼ਬਦ ਦੀ ਵਰਤੋਂ ਕਰਦੇ ਹੋਏ ਸ਼ਰਮ ਮਹਿਸੂਸ ਨਹੀਂ ਕਰਦਾ ਹੁੰਦਾ ਸੀ ਡੰਡੀ ਦਾਦੀ ਨੇ ਜਦ ਵੀ ਸਾਨੂੰ ਹੱਟੀ ਤੋਂ ਸੌਦਾ ਲੈਣ ਭੇਜਣਾ ਤਾਂ ਕਹਿ ਕੇ ਤੋੜਨਾ ਕੇ ਰੂੰਗਾ ਜ਼ਰੂਰ ਲੈ ਕੇ ਆਮੀ ਡੰਡੀ ਦੁਕਾਨਦਾਰ ਨੇ ਵੀ ਸੌਦੇ ਦੀ ਮਿਕਦਾਰ ਦੇ ਹਿਸਾਬ ਨਾਲ ਰੂੰਗਾ ਦੇ ਦੇਣਾ ਡੰਡੀ ਰੂੰਗੇ ਦੇ ਰੂਪ ਚ ਸ਼ੁਰੂ ਵਿੱਚ ਖਿੱਲਾ ਹੀ ਦਿੱਤੀਆਂ ਜਾਂਦੀਆਂ ਸਨ ਡੰਡੀ ਪੈਰਾ ਉਸ ਸਮੇਂ ਮਠੀਆਂ ਖਿੱਲਾ ਦਾ ਰਿਵਾਜ ਹੁੰਦਾ ਸੀ ਡੰਡੀ ਬੱਚਿਆਂ ਵਿੱਚ ਇਸ ਗੱਲ ਨੂੰ ਲੈ ਕੇ ਮੁਕਾਬਲਾ ਹੁੰਦਾ ਸੀ ਕਿ ਕੌਣ ਵੱਧ ਰੂੰਗਾ ਲਿਆਉਂਦਾ ਹੈ ਡੰਡੀ ਗ੍ਰਾਹਕ ਦੀ ਉਮਰ ਭਾਵੇਂ ਕਿੰਨੀ ਵੀ ਕਿਉਂ ਨਾ ਹੁੰਦੀ ਉਸਨੇ ਰੂੰਗਾ ਜ਼ਰੂਰ ਮੰਗਣਾ ਹੁੰਦਾ ਸੀ ਜੇਕਰ ਕਈ ਵਾਰ ਸੰਗ ਦੇ ਹੋਏ ਕੋਈ ਗ੍ਰਾਹਕ ਰੂੰਗਾ ਨਾ ਮੰਗਦਾ ਤਾਂ ਦੁਕਾਨਦਾਰ ਨੇ ਖੁਦ ਹੀ ਰੂੰਗਾ ਦੇ ਦੇਣਾ ਡੰਡੀ ਬੱਚਿਆਂ ਨੂੰ ਰੂੰਗੇ ਦੇ ਰੂਪ ਚ ਭਾਵੇਂ ਖਿਲਾ ਹੀ ਦਿੱਤੀਆਂ ਜਾਂਦੀਆਂ ਸਨ ਪਰ ਵੱਡੀ ਉਮਰ ਦੇ ਲੋਕਾਂ ਨੂੰ ਖਿਲਾ ਤੋਂ ਇਲਾਵਾ ਹੋਰ ਚੀਜ਼ਾਂ ਜਿਵੇਂ ਮਿੱਠੀਆਂ ਪਕੌੜੀਆਂ ਟੌਫੀਆਂ ਬਿਸਕੁਟ ਆਦ ਦਾ ਰੂੰਗਾ ਵੀ ਦੇ ਦਿੱਤਾ ਜਾਂਦਾ ਸੀ ਡੰਡੀ ਉਸ ਸਮੇਂ ਹੱਟੀ ਚੀਜ਼ ਲਿਆਉਣਾ ਨਗਦ ਪੈਸੇ ਦੀ ਵਰਤੋਂ ਨਹੀਂ ਕੀਤੀ ਜਾਂਦੀ ਸੀ ਡੰਡੀ ਅਨਾਜ ਜਿਵੇਂ ਕਣਕ ਸਰੋਂ ਬਾਜਰਾ ਮੱਕੀ ਨਰਮਾ ਕਪਾ ਆਦ ਦੇ ਬਦਲੇ ਘਰ ਵਰਤੋਂ ਦੀਆਂ ਚੀਜ਼ਾਂ ਦਾ ਬਟਾਂਦਰਾ ਕੀਤਾ ਜਾਂਦਾ ਸੀ ਡੰਡੀ ਜਿਵੇਂ ਸਬਜੀ ਕਣਕ ਦੇ ਬਰਾਬਰ ਤੋਲ ਕੇ ਦਿੱਤੀ ਜਾਂਦੀ ਸੀ ਡੰਡੀ ਨਰਮੀ ਕਪਾ ਸਰੋਂ ਮੱਕੀ ਬਾਜਰਾ ਆਦ ਨੂੰ ਤੋਲ ਕੇ ਉਸ ਦਾ ਮੁੱਲ ਬਣਾ ਕੇ ਚੀਜ਼ਾਂ ਵੇਚੀਆਂ ਜਾਂਦੀਆਂ ਸਨ ਡੰਡੀ ਪੈਰਾ ਦੁਕਾਨਦਾਰ ਚਲਾਕ ਹੁੰਦੇ ਸਨ ਪ੍ਰੰਤੂ ਲੋਕ ਭੋਲੇ ਹੁੰਦੇ ਸਨ ਟੰਡੀ ਲੋਕਾਂ ਵਿੱਚ ਪੈਸੇ ਦੀ ਕੋਈ ਬਹੁਤੀ ਭੁੱਖ ਨਹੀਂ ਹੁੰਦੀ ਸੀ ਡੰਡੀ ਦੁਕਾਨਦਾਰ ਨੇ ਜਿਵੇਂ ਸਮਾਨ ਦੇ ਦਿੱਤਾ ਉਸਤੇ ਹੀ ਭਰੋਸਾ ਕਰ ਲੈਂਦੇ ਸਨ ਡੰਡੀ ਕਈ ਚਲਾਕ ਦੁਕਾਨਦਾਰ ਜਾਣ ਬੁੱਝ ਕੇ ਸਮਾਨ ਵਿੱਚ ਹੀਰਾ ਫੇਰੀ ਕਰਕੇ ਸਮਾਨ ਘੱਟ ਦੇ ਕੇ ਵੱਧ ਰੂੰਗਾ ਦੇ ਦਿੰਦੇ ਸਨ ਤਾਂ ਬੱਚੇ ਵੀ ਦੂਰ ਧੜਾਡੇ ਸਫਰ ਤੇ ਕਰਕੇ ਵੱਦ ਰੂੰਗੇ ਦੇ ਲਾਲਚ ਵਿੱਚ ਉਸ ਦੁਕਾਨਦਾਰ ਕੋਲ ਸਮਾਨ ਲੈਣ ਲਈ ਪਹੁੰਚ ਜਾਂਦੇ ਸਨ ਡੰਡੀ ਇਸ ਤਰ੍ਹਾਂ ਵੱਦ ਰੂੰਗਾ ਦੇਣ ਵਾਲੇ ਦੁਕਾਨਦਾਰ ਕੋਲ ਬੱਚਾ ਰੂਪੀ ਗ੍ਰਾਹਕ ਵੱਦ ਪਹੁੰਚਦੇ ਸਨ ਡੰਡੀ ਇਸ ਦਾ ਸਭ ਤੋਂ ਵੱਧ ਫਾਇਦਾ ਇਹ ਸੀ ਕਿ ਹੱਟੀ ਤੋਂ ਸਮਾਨ ਮਗਵੌਣ ਲਈ ਕਿਸੇ ਨੂੰ ਬੱਚਿਆਂ ਦੀਆਂ ਮਿੰਤਾ ਨਹੀਂ ਕਰਨੀਆਂ ਪੈਂਦੀਆਂ ਸਨ ਡੰਡੀ ਬੱਚੇ ਖੁਦਵਾ ਖੁਦ ਆਪਣੇ ਆਪ ਨੂੰ ਸਮਾਨ ਲਿਆ ਕੇ ਦੇਣ ਲਈ ਪੇਸ਼ ਕਰਦੇ ਸਨ ਡੰਡੀ ਜ਼ਿਆਦਾਤਰ ਦੁਕਾਨਦਾਰਾਂ ਨੂੰ ਬਾਬਾ ਤਾਇਆ ਜਾਂ ਚਾਚਾ ਕਹਿ ਕੇ ਸਬੋਧਨ ਕੀਤਾ ਜਾਂਦਾ ਸੀ ਡੰਡੀ ਪੈਰਾ ਹੌਲੀ-ਹੌਲੀ ਚਲਾਕ ਦੁਕਾਨਦਾਰਾਂ ਨੇ ਬਧੇਰੇ ਲਾਲਚ ਦੇਣ ਲਈ ਇਸ ਰੂੰਗੇ ਦੇ ਰੂਪ ਬਦਲ ਦਿੱਤੀ ਡੰਡੀ ਉਹ ਖਿੱਲਾਂ ਦੀ بجائے ਟੌਫੀਆਂ ਦੀ ਵਰਤੋਂ ਕਰਨ ਲੱਗ ਪਈ ਡੰਡੀ ਉਸ ਸਮੇਂ ਛੋਟੀਆਂ ਛੋਟੀਆਂ ਟੌਫੀਆਂ ਹੁੰਦੀਆਂ ਸਨ ਜੋ 5 ਜਾਂ 10 ਪੈਸੇ ਦੀਆਂ 3 4 ਆ ਜਾਂਦੀਆਂ ਸਨ ਡੰਡੀ ਸਟਾਪ